8 ਦਿਨ ਆਪਣੇ ਉੱਥੇ ਕੀਤਾ ਨਾ ਮੇਰਾ, ਹਾਲੇ ਆਪਾਂ ਨੂੰ 4 ਦਿਨ ਗਾ ਰਹੇ ਨਾ, ਅੱਜ 5ਵਾਂ ਦਿਨ ਬਣਦਾ, ਹਾਲਾਂਕਿ ਮੈਂ ਕੱਲ੍ਹ ਵੀ ਥੋੜ੍ਹਾ ਬਹੁਤਾ ਨਾਲ ਕੰਮ ਕਰ ਲਿਆ, ਜੇਕਰ ਤੁਸੀਂ ਚਾਹੁੰਦੇ ਤੇ ਇਤਨਾ ਘਬਰਾ ਗਿਆ ਨਾ। ਇਹ ਬਿਲਾ ਵਜ੍ਹਾ ਮੇਰੇ ਤੇ ਇਲਜ਼ਾਮ ਲਾ ਰਹੀ ਹੈ, ਸਫਾਈ ਕਰਦੀ ਪਈ ਤੂੰ? ਸਫਾਈ ਮੈਂ ਨਹੀਂ ਕਰਦੀ ਪਈ ਜੀ। ਹੁਣ ਤੇਰਾ ਕੰਮ ਤੇ ਮੇਰਾ ਕੰਮ ਦੇ ਫਰਕ ਤਾਂ ਹੋਣਾ, ਇਹ ਨਹੀਂ ਹੋ ਸਕਦਾ ਜੀ। ਔਰਤ ਦਾ ਜਿਹੜਾ ਕਿਚਨ ਦਾ ਜਾਂ ਘਰ ਦੀ ਸਫਾਈ ਦੇ ਜਿਹੜਾ ਲੈਵਲ ਹੈ ਨਾ, ਉਹ ਬੰਦੇ ਦੇ ਹੱਥ ਵਿੱਚ ਨਹੀਂ ਹੋ ਸਕਦਾ। ਬਿਸਮਿਲ੍ਲਾਹਿਰਰਹਿਮ, ਅਸਲਾਮ ਅਲੈਕੁਮ। ਪਰਵਰਦਿਗਾਰ ਦੀਆਂ ਰਹਿਮਤਾਂ, ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ। ਸਵੇਰ ਦੇ ਬੱਚੇ ਉੱਠੇ ਹੋਏ ਨੇ ਔਰ ਤਕਰੀਬਨ ਉਹਨਾਂ ਨੂੰ ਘੰਟਾ ਹੋ ਗਿਆ ਅੰਦਰ ਵੜਿਆ ਨੂੰ। ਅੰਦਰ ਵੜ ਕੇ ਕੀ ਕਰਦੇ ਪਏ ਨੇ ਸਾਨੂੰ ਕੋਈ ਸਮਝ ਨਹੀਂ ਆ ਰਹੀ, ਔਰ ਅਸੀਂ ਕਹਿ ਰਹੇ ਹਾਂ ਦਰਵਾਜ਼ਾ ਖੋਲੋ, ਤਾਂ ਕਹਿੰਦੇ ਨੇ ਜੀ ਦਰਵਾਜ਼ਾ ਨਹੀਂ ਖੋਲਣਾ, ਇੱਕੋ ਵਾਰੀ ਦਰਵਾਜ਼ਾ ਖੋਲਣਾ ਔਰ ਤੁਹਾਨੂੰ ਸਰਪ੍ਰਾਈਜ਼ ਦੇਣਾ। ਪਤਾ ਨਹੀਂ ਉਹਨਾਂ ਕੀ ਸਰਪ੍ਰਾਈਜ਼ ਆ, ਪਰ ਹਾਲ ਹੁਣ ਵੀ ਫੈਜ਼ਾ ਨੇ ਜ਼ਬਰਦਸਤੀ ਦਰਵਾਜ਼ਾ ਖੁਲਵਾਇਆ ਅਤੇ ਫੈਜ਼ਾ ਨੂੰ ਉਹਨਾਂ ਨੇ ਅੰਦਰ ਲੈ ਲਿਆ ਵਾ, ਅਤੇ ਬਾਕੀ ਦਰਵਾਜ਼ਾ ਉਹਨਾਂ ਨੇ ਫਿਰ ਬੰਦ ਕਰ ਦਿੱਤਾ। ਬੇਗਮ ਸਾਹਿਬ ਜੀ, ਸਵੇਰੇ ਸਵੇਰੇ ਛੋਟੇ ਨੂੰ ਚੁੱਕਿਆ ਹੋਇਆ ਹੈ? ਛੋਟਾ ਜਿਹੜਾ ਨਾ ਜੀ, ਉਹ ਮਾਸ਼ਾਅੱਲਾ ਸੋ ਰਿਹਾ। ਹੈਲੋ ਮਿੱਠੂ, ਔਰ ਇੱਧਰ ਨਾਸ਼ਤਾ ਸਾਰਾ ਜਿਹੜਾ ਨਾ ਜੀ ਤਿਆਰ ਹੋਣ ਵਾਲਾ ਵਾ। ਲਾਈਟ ਜਿਹੜੀ ਹੈ ਰਾਤ ਦੀ ਬੰਦ ਹੋਈ ਹੈ, ਜਦੋਂ ਦੀ ਹਨੇਰੀ ਆਈ ਹੈ ਰਾਤੀ, ਬਹੁਤ ਜ਼ਿਆਦਾ ਤੂਫਾਨ ਹਨੇਰੀ ਆਈ ਆ, ਲੇਕਿਨ ਇਹ ਵੀ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ ਕਿ ਗਰਮੀ ਦਾ ਜ਼ੋਰ ਜਿਹੜਾ ਨਾ ਉਹ ਟੁੱਟ ਗਿਆ, ਨਾਲ ਬਾਰਿਸ਼ ਵੀ ਆਈ ਹੈ। ਇੰਨੀ ਜ਼ਿਆਦਾ ਮੂਸਲਾਧਾਰ ਬਾਰਿਸ਼ ਤਾਂ ਨਹੀਂ ਆਈ, ਲੇਕਿਨ ਜਿੰਨੀ ਗਈ ਹੈ ਨਾ ਉਹਦੇ ਨਾਲ ਵੀ ਅਲਹਮਦੁਲਿਲਾ ਅਲਹਮਦੁਲਿਲਾ ਗਰਮੀ ਦਾ ਜ਼ੋਰ ਕਾਫੀ ਹੱਦ ਤੱਕ ਟੁੱਟ ਗਿਆ। ਲੇਕਿਨ ਹੁਣ ਜਿਹੜਾ ਨਾ ਜੀ ਅਸੀਂ ਬਣਾਉਣਾ ਵਾ ਨਾਸ਼ਤਾ ਬੇਗਮ ਸਾਹਿਬ ਵਾਸਤੇ। ਚੁੱਲ੍ਹਾ ਜਿਹੜਾ ਨਾ ਜੀ ਮੈਂ ਥੱਲੇ ਰੱਖ ਦਿੱਤਾ ਫਿਲਹਾਲ, ਹਾਲੇ ਸਾਰੀ ਕਿਚਨ ਦੀ ਨਾ ਸਫਾਈ ਕਰਨ ਵਾਲੀ, ਗੱਟਾ ਹੀ ਗੱਟਾ ਜਿਹੜਾ ਨਾ ਤੁਹਾਨੂੰ ਨਜ਼ਰ ਆਉਂਦਾ ਪਿਆ ਹੋਏਗਾ, ਔਰ ਥੱਲੇ ਵੀ ਸਾਰਾ ਆਉਂਦਾ ਪਿਆ ਹੋਏਗਾ। ਅਤੇ ਪਹਿਲੇ ਜਿਹੜਾ ਨਾ ਜੀ ਰੋਟੀਆਂ ਛੋਟੀਆਂ ਪਕਾ ਲੈਂਦੇ ਹਾਂ ਜਾਂ ਫਿਰ ਪਹਿਲੇ ਸਫਾਈ ਕਰ ਲਾਂਗੇ, ਇਹ ਉਹਨਾਂ ਨੇ ਤੀਕਰ ਡਿਸਾਈਡ ਅਸੀਂ ਕਰਨਾ ਵਾ। ਅੰਦਰੂ ਨੂੰ ਬੱਚੇ ਬਾਹਰ ਨਿਕਲਦੇ ਨੇ ਤਾਂ ਕੋਈ ਸਮਾਂ ਸੋਚ ਲੱਗੇਗੀ ਕਿ ਉਹ ਅੰਦਰ ਕੀ ਕਰਦੇ ਪਹਿਲੇ, ਕਿਉਂਕਿ ਜਿੰਨੀ ਦੇਰ ਅੰਦਰੂ ਉਹ ਬਾਹਰ ਨਹੀਂ ਨਿਕਲਣਗੇ, ਛੋਟੇ ਨੂੰ ਅੰਦਰ ਨਹੀਂ ਲੈ ਕੇ ਜਾਵਾਂਗੇ ਨਾ, ਉਨੀ ਦੇਰ ਬਾਹਰੋਂ ਸਫਾਈ ਨਹੀਂ ਹੋਣੀ। ਛੋਟਾ ਜਿਹੜਾ ਨਾ ਅਗਰ ਬਾਹਰ ਹੋਏਗਾ ਨਾ, ਤਾਂ ਅਸੀਂ ਡਸਟਿੰਗ ਵਗੈਰਾ ਜਿਹੜੀ ਹੈ ਨਾ ਉਹ ਨਹੀਂ ਉਡਾਉਣੀ, ਕਿਉਂਕਿ ਬੱਚੇ ਨੂੰ ਕਾਫੀ ਜ਼ਿਆਦਾ ਜਿਹੜਾ ਨਾ ਇਫੈਕਟ ਹੋ ਜਾਂਦਾ। ਛੋਟਾ ਜਦੋਂ ਅੰਦਰ ਚਲਾ ਜਾਏਗਾ ਨਾ, ਦਰਵਾਜ਼ਾ ਬੰਦ ਕਰ ਦਿਆਂਗੇ ਔਰ ਬਾਹਰ ਵਾਲੀ ਸਫਾਈ ਜਿਹੜੀ ਹੈ ਨਾ ਅਸੀਂ ਉਸ ਤੋਂ ਬਾਅਦ ਕਰਾਂਗੇ। ਔਰ ਡਸਟਿੰਗ ਵਗੈਰਾ ਜਿਹੜੀ ਹੈ ਨਾ ਜੀ, ਵੈਸੇ ਵੀ ਨਹੀਂ ਕਰਨੀ ਚਾਹੀਦੀ ਹੈ ਬੱਚਿਆਂ ਛੋਟਿਆਂ ਦੇ ਕੋਲ ਨਾ, ਬਹੁਤ ਜ਼ਿਆਦਾ ਮਸਲਾ ਬਣ ਜਾਂਦਾ ਉਹਨਾਂ ਦਾ, ਅੱਖਾਂ 'ਚ ਪੈਂਦਾ ਹੈ, ਗਲੇ 'ਚ ਪੈਂਦਾ ਵੈਸ ਤਰ੍ਹਾਂ। ਇਹਨੂੰ ਇੱਥੇ ਨਾ ਸਵਾ ਨਾ, ਉਹ ਅੰਦਰੋਂ ਨਿਕਲਦੇ ਨੇ ਨਾ ਬਾਹਰ, ਅਤੇ ਇਹਨੂੰ ਇੱਕ ਵਾਰੀ ਅੰਦਰ ਹੀ ਲੈ ਜਾ। ਚਲੋ ਖੋਲੋ ਬੂਆ, ਸਾਡਾ ਮੂੰਹ ਹੋ ਗਿਆ ਇੱਕ ਪਾਸੇ। ਇੱਧਰ ਚੈੱਕ ਕਰੋ, ਇੱਧਰ ਚੈੱਕ ਕਰੋ, ਇੱਧਰ ਚੈੱਕ ਕਰੋ, ਇੱਧਰ ਚੈੱਕ ਕਰੋ, ਕੀ ਹੋਇਆ ਹੁਣ? ਬਣਾਓ ਜੀ ਨਾਸ਼ਤਾ। ਫੈਜ਼ਾ ਆਪ ਨੇ ਨਾਸ਼ਤਾ ਬਣਾਉਣਾ? ਅੱਛਾ ਮੰਮੀ ਨਾਸ਼ਤਾ ਬਣਾਉਣਾ, ਠੀਕ ਹੈ। ਅੱਛਾ ਜੀ, ਰਾਤੀ ਸਾਡਾ ਨਾ ਸਾਲਨ ਮੈਂ ਬਣਾ ਕੇ ਰੱਖ ਦਿੱਤਾ ਹੋਇਆ ਸੀ, ਸਾਲਨ ਜਿਹੜਾ ਨਾ ਹੁਣ ਗਰਮ ਕਰਦੇ ਪਏ ਹਾਂ, ਔਰ ਨਾਲ ਤਵੇ 'ਤੇ ਰੋਟੀਆਂ ਜਿਹੜੀਆਂ ਨਾ ਉਹ ਪਕਾਉਂਦੇ ਪਏ ਹਾਂ। ਆਪਨੇ ਪਕਾਉਣਾ ਨਾਸ਼ਤਾ, ਠੀਕ ਹੈ? ਅੱਛਾ ਜੀ, ਠੀਕ ਹੈ ਜੀ। ਮੰਮੀ ਅੱਛੀ ਰੋਟੀ ਪਾਤੀ ਹੈ, ਆਪ ਅੱਛੀ ਨਹੀਂ ਬਣਾਤੇ?
अच्छा अच्छी नहीं, मम्मा अच्छी रोटी बनाती है, मैं अच्छी रोटी नहीं बनाती है। और ए मेरा बेबी क्या कर रहा है, क्या कर रहा है, खेला खेले कर ले, खेले खेले कर ले, खेले खेले कर ले, खेले खेले। उनकी मसला की है, क्यों अखी बंद कर रहे हो? पता नहीं उनके नवा सरप्राइज की बैठे हो। ਉਹਨੂੰ ਕਿਤੇ ਜਾਣਾ, ਮੈਨੂੰ ਤਾਂ ਦਿਸਦੇ ਕੋਈ ਹੱਥ ਪਾੜ ਮੇਰਾ ਹੈ। ਕੈਮਰਾ ਕੀ ਸਾਫ ਕਰਨਾ, ਕਿਆ ਹੈ ਪਤਾ ਨਹੀਂ, ਮੈਨੂੰ ਪਤਾ ਹੀ ਨਹੀਂ ਆਪ ਕਿੱਧਰ ਬੋਲ ਰਹੇ ਹੋ। ਹਾਂਜੀ ਬੋਲੋ, ਕਿੱਧਰ ਹੁਣ ਕਿਤੇ ਜਾਣਾ ਹੈ? ਹੈਂ ਹੈਪੀ ਬਰਥਡੇ ਹੈ, ਹੈਪੀ ਬਰਥਡੇ ਹੈ, ਪਤਾ ਲੱਗ ਜਾਂਦਾ ਕਿਹੜਾ ਹੈਪੀ ਬਰਥਡੇ ਕੀਤੀ। ਹਾਂ ਸਾਡੀ ਅੱਖੀ ਖੋਲ ਸੋ ਤੇ ਸਾਨੂੰ ਪਤਾ ਲੱਗ ਸੀ ਕਿ ਐਵੇਂ ਕਿਵੇਂ ਲੱਗਣਾ ਪਤਾ। ਕਿਆ ਬਾਤ ਹੈ, ਕਮਰੇ ਦੀ ਸੈਟਿੰਗ ਹੋਈ ਜੀ, ਵਾਹ ਜੀ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਜ਼ਬਰਦਸਤ। ਇਹ ਘੰਟੇ ਦੇ ਜਿਹੜੇ ਅੰਦਰ ਬੜੇ ਹੋਏ ਸਨ ਤੇ ਉਦੋਂ ਦੀਆਂ ਸਫਾਈਆਂ ਲੱਗੀਆਂ ਹੋਈਆਂ, ਮੈਂ ਥੋੜ੍ਹੀ ਬਹੁਤ ਚੇਂਜਿੰਗ ਕੀਤੀ ਇਹਨੇ, ਉਹ ਸ਼ੀਸ਼ੇ ਦੀ ਜਿਹੜੀ ਸੈਟਿੰਗ ਥੋੜ੍ਹੀ ਜਿਹੀ ਕੀਤੀ ਇਹਨੇ, ਬਾਕੀ ਸੂਫਾ ਜਿਹੜਾ ਨਾ ਉਹ ਉੱਧਰ ਲਾ ਦਿੱਤਾ ਇਹਨੇ, ਦੋ ਇੱਧਰ ਲਾ ਦਿੱਤੇ ਇਹਨੇ, ਉਹ ਉੱਥੇ ਲਾ ਦਿੱਤਾ ਇਹਨੇ, ਉੱਧਰ ਬਾਹਰ ਦੀ ਵੀ ਸਫਾਈ ਕੀਤੀ ਜੇ ਵੈਂਟੀਲੇਸ਼ਨ ਦੀ ਵੀ। ਚਲੋ ਠੀਕ ਹੋ ਗਿਆ, ਓਕੇ ਹੋ ਗਿਆ ਜਨਾਬ, ਥੈਂਕ ਯੂ ਥੈਂਕ ਯੂ, ਓਕੇ। ਸੁਬਾਹ ਦੇ ਉੱਠੇ ਅੰਦਰ ਵੜੇ ਨੇ ਅਤੇ ਹੁਣ ਬਾਹਰ ਨਿਕਲੇ ਨੇ, ਇਹਦੀ ਤਾਰ ਲਾ ਦੇ ਅਤੇ ਉੱਤੇ ਪਲੇਟ ਜਿਹੜੀ ਹੈ ਨਾ ਉਹ ਸਹੀ ਕਰ ਰਿਹਾ, ਪਤਾ ਨਹੀਂ ਕਿੱਧਰ ਅਬ ਨਿਕਾਲਿਆ ਆਪਣੇ, ਤੁਸੀਂ ਕਿਆ ਪਤਾ। ਅੱਛਾ ਉਹਦੇ ਅੰਦਰ ਸਹੀ ਹੋ ਗਿਆ, ਚਲੋ ਸਹੀ ਹੈ ਤੇ ਸਹੀ ਬੈਠਾ ਲੱਗਦਾ, ਖੁਸ਼ ਬੜੀ ਗੱਲ ਹੈ ਜੀ, ਬੜੀ ਗੱਲ ਹੈ, ਵੈਰੀ ਗੁੱਡ। ਕਿਆ ਬੱਚਿਆਂ ਦੇ ਕਮਰੇ ਦੀ ਸੈਟਿੰਗ ਤੋਂ ਬਾਅਦ ਨਾ ਜੀ ਫਿਰ ਮੈਂ ਬਾਹਰ ਵਾਲੀ ਸਾਰੀ ਸਫਾਈ ਸਫੂਈ ਜਿਹੜੀ ਹੈ ਨਾ ਉਹ ਕੀਤੀ ਆ, ਗੱਟਾ ਹੀ ਗੱਟਾ ਹੋਇਆ ਸੀ ਨੇ, ਕੱਲ ਵੀ ਧੋਤਾ ਨੇ ਤਾਂ ਅੱਜ ਫਿਰ ਧੋ ਦਿੱਤਾ, ਤੇ ਇਹ ਸਾਰੀ ਸਫਾਈ ਕਰਕੇ ਨਾ ਕਰਦਿਆਂ ਸਾਰੀ ਫਿਰ ਹੋ ਗਿਆ ਸੀ ਜੁਮੇ ਦਾ ਟਾਈਮ, ਤੇ ਜੁਮਾ ਸ਼ੁਮਾ ਜਿਹੜਾ ਨਾ ਉਹ ਬਣਿਆ, ਉਸ ਤੋਂ ਬਾਅਦ ਹੁਣ ਜਾ ਰਿਹਾ ਜੀ ਬਾਹਰ ਬੱਚੇ ਦਾ ਦੁੱਧ ਜਿਹੜਾ ਨਾ ਉਹ ਲੈਣ ਵਾਸਤੇ, ਕਿਉਂਕਿ ਫਾਇਜ਼ਾ ਦੁੱਧ ਪੀਂਦੀ ਹੈ ਨਾ ਤੇ ਅੱਜ ਦੁੱਧ ਹੀ ਜਿਹੜਾ ਨਾ ਛੁੱਟੀ ਕਰ ਲਈ ਆ, ਫਾਇਜ਼ਾ ਜਿਹੜੀ ਹੈ ਨਾ ਉਹਨੇ ਤਾਂ ਦੁੱਧ ਪੀਣਾ ਲਾਜ਼ਮੀ, ਉਹਦਾ ਫੀਡਰ ਆਖਰੀ ਹੁਣ ਖਤਮ ਹੋਇਆ, ਮੈਂ ਕਿਹਾ ਵੀ ਉਹਦੇ ਜਿਹੜਾ ਦੂਸਰੇ ਫੀਡਰ ਤੀਕਰ ਦੁੱਧ ਜਿਹੜਾ ਨਾ ਲੈ ਆਵੀਏ, ਇਹ ਨਾ ਹੋਵੇ ਕਿ ਫਿਰ ਉਹ ਭੁੱਖ ਨਾਲ ਜਿਹੜੇ ਨਾ ਬੈਠੇ ਰਹੇ। ਪਰ ਉਹ ਵੀ ਮੇਰੇ ਨਾਲ ਹੀ ਜਿਹੜੀ ਹੈ ਨਾ ਤਿਆਰ ਹੋ ਗਈ, ਕਹਿੰਦੀ ਵੀ ਚਲੋ ਮੈਂ ਵੀ ਆਪਕੇ ਸਾਥ ਹੀ ਜਾਊਂਗੀ। ਦੁੱਧ ਦੁੱਧ ਪੀਣਾ ਆਪਣੇ ਲੈ ਆਏ? ਹਾਂ ਆਪਣੇ ਦੁੱਧ ਪੀਣਾ, ਆਪਣੇ ਸਾਥ ਜਾਣਾ। ਅੱਛਾ ਚਲੋ ਠੀਕ ਹੈ, ਅੱਛਾ ਠੀਕ ਹੈ ਠੀਕ ਹੈ, ਮੈਂ ਆਪ ਲੈ ਆਤੇ ਠੀਕ ਹੈ। ਅੱਛਾ 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 ਲਟਕਾ ਦੋ ਇਧਰ ਇਧਰ ਐਸੇ
ਓਕੇ ਓਕੇ ਕਰੋ ਚਲੋ ਜੀ ਯੇ ਲੋ ਦੁੱਧ ਯੇ ਲੋ ਫੈਜ਼ਾ ਬੇਟੇ ਕਿਸੇ ਬਰਤਨ ਮੇਂ ਨਾ ਨਿਕਾਲ ਕੇ ਇਸਕੋ ਉਬਾਲਾ ਦੋ ਔਰ ਉਸਕੇ ਬਾਅਦ ਫਿਰ ਇਸਕੋ ਵਾਪਸ ਰੱਖ ਦੇਣਾ ਜੇ ਠੰਡਾ ਹੋ ਜਾਏਗਾ ਨਾ ਤਾਂ ਉਸਕੋ ਪਿਲਾ ਦੇਣਾ ਠੀਕ ਹੈ ਅੱਛਾ ਗੱਲ ਸੁਣੋ ਬੇਗਮ ਉਹ ਕਿਤੇ ਰੱਖਿਆ ਸੀ ਪਾਪਾ ਜਿਹਾ ਉਹ ਮੁਰਗੀਆਂ ਵਾਲਾ ਹੈ ਤਾਂ ਕਹਿੰਦਾ ਵੀ ਸਾਡੇ ਟੋਕੇ ਹੁੰਦੇ ਨੇ ਹੌਲੇ ਇੱਥੇ ਲੈ ਆ ਤਾਂ ਮੈਂ ਆਰਾਮ ਨਾਲ ਬਣਾ ਦੇਸਾਂ ਕਿਉਂਕਿ ਉਹ ਫਿਰ ਨਾ ਜ਼ਿਆਦਾ ਸਖਤੀ ਕੀਤਾ ਟੋਕਾ ਡੀਂਗਾ ਹੋ ਜਾਣਾ ਤੂੰ ਛਾਪਰ ਛੂਪਰ ਐਸਾ ਬੇਟੇ ਤੂੰ ਛਾਪਰ ਮੈਨੂੰ ਵੇਖ ਦੇਵਾਂ ਇੱਥੋਂ ਇਹ ਵਾਲਾ ਜਿਹੜਾ ਨਾ ਜੀ ਪਾਇਆ ਬਣਵਾ ਕੇ ਲੈ ਕੇ ਆਉਣਾ ਹੈ ਜੀ ਬੇਗਮ ਨੇ ਉੱਤੋਂ ਜਿਹੜਾ ਨਾ ਇਹਨੂੰ ਬਿਲਕੁਲ ਜਲਾ ਜਲੂ ਦਿੱਤਾ ਪਾਇਆ ਲਿਆ ਛਾਪਰ ਬੇਟੇ ਸੋਹਣਾ ਨਾ ਜਿਤਨਾ ਛੋਟੀ ਬੋਟੀ ਹੋ ਸਕੇ ਨਾ ਉਤਨੀ ਬਣਾਉਣੀ ਆ ਹੈ ਦੋ ਤਿੰਨ ਪੀਸ ਨਹੀਂ ਬਣਾ ਦੇਣੇ ਜਿਤਨੀ ਛੋਟੀ ਹੋ ਜਾਵੇ ਅੱਛਾ ਇਹ ਵਿੱਚ ਰੱਖਦੇ ਨੇ ਕਿ ਕੱਢਦੇ ਜਾਣਾ ਅੱਛਾ ਇਹ ਤੂੰ ਕੱਢੀ ਜਾਣਾ ਠੀਕ ਹੋ ਗਿਆ ਹਾਂ ਜ਼ਬਰਦਸਤ ਚਲੋ ਜੀ ਯੇ ਲੋ ਆਪਕਾ ਪਾਇਆ ਐਸਾ ਵੀ ਚਲੋ ਮੈਂ ਉਧਰ ਫਰਿੱਜ ਚ ਰੱਖ ਦਿੰਦਾ ਹੈ ਅਲਹਮਦੁਲਿਲਾ ਜੀ ਨਮਾਜ਼ ਅਸਰ ਜਿਹੜੀ ਹੈ ਨਾ ਉਹ ਅਦਾ ਕੀਤੀ ਹੈ ਔਰ ਹੁਣ ਨਿਕਲਦੇ ਪਏ ਬਾਹਰ ਇਮਾਮ ਸਾਹਿਬ ਨਾਲ ਮੈਨੂੰ ਕੰਮ ਸੀ ਇਮਾਮ ਸਾਹਿਬ ਮੈਨੂੰ ਮਿਲਿਆ ਜੀ ਉਹ ਚਲੇ ਗਏ ਨੇ ਹੁਣ ਉਹ ਕਹਿ ਰਹੇ ਨੇ ਕਿ ਜਿਹੜਾ ਤੇਰਾ ਕੰਮ ਹੈ ਨਾ ਉਹ ਹੋਏਗਾ ਸਵੇਰ 7 ਵਜੇ ਹੁਣ ਦੁਬਾਰਾ ਉਹਨਾਂ ਨੂੰ ਸਵੇਰ 7 ਵਜੇ ਮਿਲਾਂਗੇ ਨਮਾਜ਼ ਪੜ੍ਹ ਕੇ ਨਾ ਜੀ ਬਾਹਰ ਹੀ ਇੱਥੇ ਬਹਿ ਗਿਆ ਸੀ ਦੋ ਤਿੰਨ ਵਿਹਲੀ ਹੈਗੇ ਨੇ ਉਹਨਾਂ ਕੋਲ ਹੀ ਔਰ ਟਾਈਮ ਜਿਹੜਾ ਨਾ ਉਹਨਾਂ ਕੋਲ ਹੀ ਗੁਜ਼ਾਰਿਆ ਵਾ ਹੁਣ ਮਗਰਬ ਦੀ ਅਜ਼ਾਨ ਹੋਈ ਹੈ ਨਮਾਜ਼ ਪੜ੍ਹ ਕੇ ਨਾ ਹੁਣ ਵਾਪਸ ਘਰ ਜਾਂਦਾ ਪਿਆ ਵਾ ਔਰ ਚੱਲ ਕੇ ਵੇਖਨੇ ਆ ਕਿ ਘਰ ਜਿਹੜਾ ਨਾ ਕੀ ਪਕਾਇਆ ਇਹਨੇ ਅੱਜ ਆਲੂ ਮੈਂ ਲੈ ਕੇ ਆਇਆ ਸੀ ਨਵੇਂ ਉਹਨਾਂ ਨੂੰ ਆਖਿਆ ਸੀ ਕਿ ਆਲੂ ਜਿਹੜਾ ਨਾ ਪਕਾਉਣ ਦੇਖੋ ਆਲੂ ਹੀ ਪਕਾਏ ਨੇ ਜਾਂ ਕੋਈ ਹੋਰ ਚੀਜ਼ ਕਿਉਂਕਿ ਅੱਜ ਨਾ ਕੋਈ ਖਾਣ ਦਾ ਦਿਲ ਹੀ ਨਹੀਂ ਕਰਦਾ ਪਿਆ ਚੌਥਾ ਦਿਨ ਤੇ ਪੰਜਵਾਂ ਲਗਾਤਾਰ ਗੋਸ਼ਤ ਹੀ ਖਾ ਰਹੇ ਸਨ ਔਰ ਅਸੀਂ ਗੋਸ਼ਤ ਜਿਹੜਾ ਹੈ ਨਾ ਜੀ ਤੁਹਾਨੂੰ ਪਤਾ ਇੱਕੋ ਤਰ੍ਹਾਂ ਦਾ ਹੀ ਪਕਾਉਂਦੇ ਰਹੇ ਹਾਂ ਈਦ ਵਾਲੇ ਦਿਨ ਤੋਂ ਲੈ ਕੇ ਰਾਤ ਤੱਕ ਇੱਕੋ ਜਿਹਾ ਹੀ ਗੋਸ਼ਤ ਬਣਾਉਂਦੇ ਰਹੇ ਹਾਂ ਇਸ ਵਜ੍ਹਾ ਤੋਂ ਬਿਨਾਂ ਹੁਣ ਦਿਲ ਨਹੀਂ ਸੀ ਕਰਦਾ ਪਿਆ ਮੈਂ ਕਿਹਾ ਵੀ ਚਲੋ ਅੱਜ ਸਗਾ ਕੋਈ ਚੀਜ਼ ਥੋੜ੍ਹਾ ਜਿਹਾ ਡਿਫਰੈਂਟ ਕਰਨਾ ਹੈ ਹੋਰ ਸਬਜ਼ੀ ਫਿਰ ਬੱਚੇ ਨਹੀਂ ਜ਼ਿਆਦਾ ਸ਼ੌਕ ਨਾਲ ਖਾਂਦੇ ਕਰੇਲੇ ਵਗੈਰਾ ਜਾਂ ਬਾਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਬੈਂਗਣ ਵਸ਼ਿੰਗਣ ਉਹ ਬੱਚੇ ਨਹੀਂ ਖਾਂਦੇ ਤਾਂ ਮੈਂ ਕਿਹਾ ਵੀ ਚਲੋ ਆਲੂ ਜਿਹੜੇ ਨਾ ਨਵੇਂ ਲੈ ਕੇ ਜਾਂਦੇ ਹਾਂ ਪੁਰਾਣੇ ਤਾਂ ਸਾਡੇ ਕੋਲ ਵੀ ਪਏ ਹੋਏ ਨੇ ਨਵੇਂ ਲੈ ਜਾ ਕੇ ਨਾ ਉਹ ਪਕਵਾਨ ਅਲਹਮਦੁਲਿਲਾ ਜੀ ਘਰ ਵਾਪਸ ਆ ਚੁੱਕਿਆ ਹੋਇਆ ਵਾਂ ਔਰ ਆਲੂ ਸ਼ਰੀਫ ਹੀ ਅੱਗੇ ਆ ਗਏ ਨੇ ਜੀ ਪੱਕੇ ਹੋਏ ਮਾਸ਼ਾਅੱਲਾ ਜੀ ਮਾਸ਼ਾਅੱਲਾ 5-7 ਦਿਨ ਹੋ ਗਏ ਨਾ ਕੁਛ ਤਾਂ ਕਹਿੰਦੇ ਨੇ ਤੇ ਅੱਜ ਆਲੂ ਵੀ ਨਾ ਡਿਫਰੈਂਟ ਜੀ ਡਿਸ਼ ਲੱਗਦੀ ਪਈ ਆ ਬੇਗਮ ਸਾਹਿਬਾ ਜਿਹੜੀ ਇਹਨਾਂ ਜੀ ਰੋਟੀਆਂ ਛੋਟੀਆਂ ਵੀ ਉਹਨੇ ਪਕਾ ਲਈਆਂ ਰੋਟੀਆਂ ਵੀ ਪਕਾ ਲਈਆਂ ਨੇ ਰੋਟੀਆਂ ਛੋਟੀਆਂ ਵੀ ਪਕਾ ਲਈਆਂ ਨੇ ਔਰ ਸਾਲਨ ਵੀ ਪਕਾ ਲਿਆ ਅੱਜ ਨਾ ਗੁੱਸੇ ਨਾਲ ਲੱਗੀ ਹੋਈ ਵੈਸੇ ਮੈਨੂੰ ਆਖਿਆ ਸੀ ਸਾਲਨ ਤੂੰ ਨਾ ਪਕਾ ਮੈਂ ਆਪੇ ਪਕਾ ਲਾਂਗਾ ਮੈਂ ਹੀ ਕਹਿੰਦੀ ਜੀ ਪਕਾਣਾ ਮੈਂ ਕਿਹਾ ਚਲੋ ਜੀ ਤੂੰ ਹੀ ਪਕਾ ਲਾ ਫਿਰ ਹੁਣ ਤੇਰੀ ਮਰਜ਼ੀ ਹੈ ਤਾਂ ਚੁੱਲ੍ਹਾ ਥੱਲੇ ਰੱਖ ਕੇ ਪੀੜੀ ਤੇ ਬਹਿ ਕੇ ਰੋਟੀਆਂ ਵੀ ਪਕਾਈਆਂ ਨੇ ਤੇ ਸਾਲਨ ਵੀ ਪਕਾਇਆ ਆਪਣੀ ਮਰਜ਼ੀ ਨਾਲ ਪਕਾਇਆ ਮੈਂ ਪਕਾ ਹੀ ਲੈਣਾ ਮਾਤ ਬਾ ਤੁਹਾਨੂੰ ਪਕਾਉਣ ਵੀ ਨਹੀਂ ਦੇਣਾ ਹੁਣ ਕੀ ਹੋਇਆ 8 ਦਿਨ ਆਪੇ ਉੱਤੇ ਕੀਤਾ ਨਾ ਮੇਰਾ ਹਲੇ ਆਪਾਂ ਨੂੰ 4 ਦਿਨ ਘਰ ਬਣਾਇਆ ਨੀ ਅੱਜ 5ਵਾਂ ਦਿਨ ਬਣਦਾ ਹਾਲਾਂਕਿ ਮੈਂ ਕੱਲ੍ਹ ਵੀ ਥੋੜ੍ਹਾ ਬਹੁਤ ਨਾਲ ਕੰਮ ਕਰ ਲਿਆ ਜੇਕਰ ਤੁਸੀਂ ਚਾਹੁੰਦੇ ਤੇ ਇਤਨਾ ਘਬਰਾ ਗਿਆ ਨਾ ਤੇ ਨਹੀਂ ਮੈਂ ਤਾਂ ਨਹੀਂ ਘਬਰਿਆ ਮੈਂ ਥੱਕ ਗਿਆ ਨਾ ਪਰ ਸਾਡੇ ਤੇ ਕੀ ਮੈਂ ਨਹੀਂ ਘਬਰਿਆ ਨਾ ਮੈਂ ਤੈਨੂੰ ਆਖਿਆ ਇਹ ਬਿਲਾ ਵਜ੍ਹਾ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਮੈਂ ਸਾਰਾ ਕਿਚਨ ਦਾ ਕਰਕੇ ਇਹਨੂੰ ਦਿੱਤਾ ਵਾ ਸਭ ਕੁਝ ਕੀਤਾ ਵਾ ਘਰ ਦੀ ਸਫਾਈ ਤੱਕ ਵੀ ਇਹਨੂੰ ਕਰਕੇ ਦੇਣਾ ਵੀ ਇਹਨੂੰ ਨਾ ਕਰਨੀ ਪਵੇ ਸਫਾਈ ਕਰਦੀ ਪਈ ਇਹਨੂੰ ਸਫਾਈ ਮੈਂ ਨਹੀਂ ਕਰਦੀ ਬੇਜੇ ਸਫਾਈ ਮੈਂ ਆਪ ਕਰਦਾ ਪਿਆ ਅੱਛਾ ਕਿਚਨ ਦਾ ਸਾਰਾ ਇਹਨੂੰ ਮੈਂ ਸਿਰਫ ਇੰਨੀ ਗੱਲ ਕੀਤੀ ਕਿ ਤੂੰ ਆਪਣੇ ਬੱਚੇ ਨੂੰ ਮਾਸ਼ਾਅੱਲਾ ਸੰਭਾਲ ਤੇ ਆਪਣੇ ਆਪ ਨੂੰ ਸੰਭਾਲ
ਨਾਲ ਜਿਹੜੀ ਤੈਨੂੰ ਚੀਜ਼ ਚਾਹੀਦੀ ਉਹ ਮੈਨੂੰ। ਅਗਰ ਇੱਕ ਅੱਧਾ ਮਿੰਟ ਲੇਟ ਹੀ ਹੋ ਜਾਂਦੀ ਕਿਸੇ ਚੀਜ਼ ਤੋਂ, ਜ਼ਹਿਰੀ ਗੱਲ ਹੈ ਮੈਂ ਕਿਚਨ ਦਾ ਪ੍ਰੋਫੈਸ਼ਨਲ ਤਾਂ ਨਹੀਂ ਆ ਨਾ, ਅਗਰ ਕੋਈ ਥੋੜ੍ਹੀ ਬਹੁਤ ਲੇਟ ਵੇਟ ਹੋ ਜਾਂਦੀ ਕਿਸੇ ਚੀਜ਼ ਦੇ ਪੱਕਣ ਦੇ ਪਕਾਉਣ ਦੇ ਜਾਂ ਕੋਈ ਵਜ੍ਹਾ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਨਾ ਕਿ ਮੈਂ ਹੁਣ ਮਤਲਬ ਹੈ ਕੋਈ ਉਸ ਚੀਜ਼ 'ਤੇ ਪੂਰਾ ਨਹੀਂ ਉਤਰਿਆ ਜਾਂ ਮੈਂ ਉਸ ਕੀ ਉਹਨੂੰ ਕਹਿੰਦੇ ਨੇ ਜੀ ਉਸ ਟਾਈਮ 'ਤੇ ਪੂਰਾ ਨਹੀਂ ਆਇਆ। ਹੁਣ ਤੇਰਾ ਕੰਮ ਅਤੇ ਮੇਰਾ ਕੰਮ ਦਾ ਫਰਕ ਤਾਂ ਹੋਣਾ, ਇਹ ਨਹੀਂ ਹੋ ਸਕਦਾ ਜੀ। ਔਰਤ ਦਾ ਜਿਹੜਾ ਕਿਚਨ ਦਾ ਜਾਂ ਘਰ ਦੀ ਸਫਾਈ ਦੇ ਜਿਹੜਾ ਲੈਵਲ ਹੈ ਨਾ, ਉਹ ਬੰਦੇ ਦੇ ਹੱਥ ਵਿੱਚ ਨਹੀਂ ਹੋ ਸਕਦਾ ਭਾਵੇਂ ਕੁਝ ਮਰਜ਼ੀ ਹੋ ਜਾਵੇ। ਭਾਂਡੇ ਧੋਣ ਦਾ ਸਟਾਈਲ ਜਾਂ ਤਰੀਕਾ ਜਾਂ ਭਾਂਡੇ ਧੋਣੇ, ਇਹ ਹੁਣ ਅਗਰ ਔਰਤ ਕਰਦੀ ਹੈ ਨਾ ਘਰ ਦਾ ਕੰਮ, ਤੇ ਉਹਦਾ ਹਿਸਾਬ ਕੁਝ ਹੋਰ ਹੈ। ਹੁਣ ਮੈਂ ਇੱਕ ਕਦੀ ਪਿੱਛੋਂ ਲੱਗਣਾ ਹੈ, ਉਹ ਬਿਸਮਿਲ੍ਲਾ ਕਦੀ ਪਿੱਛੋਂ ਲੱਗਣਾ ਹੈ, ਤੇ ਮੇਰਾ ਤੇ ਫਿਰ ਉਹ ਸਟਾਈਲ ਨਹੀਂ ਨਾ ਹੋਣਾ ਕਿ ਮੈਂ ਉਸ ਤਰੀਕੇ ਨਾਲ ਕਰਾਂਗਾ, ਜਾਂ ਕੁਝ ਕੁ ਚੀਜ਼ਾਂ ਰੱਖਣ ਦਾ ਸਟਾਈਲ ਜਿਹੜਾ ਬੇਗਮ ਦਾ ਹੋਣਾ, ਉਹ ਮੇਰਾ ਨਹੀਂ ਹੋਣਾ। ਕਿੱਧਰ ਗਿਆ ਸੀ ਬਈ? ਜੁੱਤੇ ਨੀ ਪਹਿਨਾ ਹੋਣਾ, ਆਪਨੇ ਮਾਰ ਵੀ ਖਾਣੀ ਹੈ, ਜੁੱਤੇ ਆਪ ਪਹਿਨਦੇ ਵੀ ਨਹੀਂ ਹੋ, ਆਪਨੇ ਵੀ ਜੁੱਤੇ ਨਹੀਂ ਨਾ ਪਹਿਨਾ ਹੋਆ, ਆਪਨੇ ਵੀ ਕੁੱਟ ਖਾਣੀ ਮੁਝਸੇ। ਆਪਨੇ ਆਲੂ ਖਾਣੇ ਹੈ? ਆਪਕੋ ਮੈਨੇ ਆਲੂ ਨਹੀਂ ਦੇਣੇ, ਇੱਧਰ ਬਾਤ ਸੁਣੋ, ਆਪਨੇ ਖਾਣੀ ਹੈ ਬੋਟੀ, ਆਪਨੇ ਆਲੂ ਨਹੀਂ ਖਾਣਾ, ਆਲੂ ਨਹੀਂ ਖਾਣਾ ਆਪਨੇ, ਇਹ ਦੇਖੋ ਆਲੂ ਸਿਰਫ ਮੈਨੇ ਖਾਣੇ ਹੈ, ਠੀਕ ਹੈ ਓਕੇ। ਉਹ ਮੇਰੀ ਗੱਲ ਦਾ ਕੋਈ ਮਜ਼ਾਕ ਉਡਾਈ ਖਲੀ ਹੈ, ਤੁਸੀਂ ਬੋਟੀ ਖਾਣੀ ਆ, ਮੈਂ ਹਵਾ ਖਾਣਾ, ਹਵਾ ਆਲੂ ਨੂੰ ਕਹਿੰਦੀ, ਆਪਨੇ ਹਵਾ ਨਹੀਂ ਖਾਣਾ, ਮੈਨੇ ਹਵਾ ਖਾਣਾ ਹੈ, ਆਪਨੇ ਬੋਟੀ ਖਾਣੀ ਹੈ, ਓਕੇ ਹੋ ਗਿਆ। ਅੱਛਾ ਜੀ, ਮੈਂ ਇੱਕ ਨਾ ਗੱਲ ਵੀ ਕਲੀਅਰ ਕਰਦਾ ਜਾਵਾਂ, ਇਹ ਮਾਸ਼ਾਅੱਲਾ ਹਲੇ 2.5-3 ਸਾਲ ਦੀ ਹੋਈ ਹੈ, 3 ਸਾਲ ਦੀ ਵੀ ਹਲੇ ਪੂਰੀ ਨਹੀਂ ਹੋਈ, 4.5 ਸਾਲ ਦੀ ਹੋਈ ਹੈ। ਕਾਫੀ ਸਾਰੇ ਕਮੈਂਟਸ ਆਉਂਦੇ ਪਏ ਸਨ ਕਿ ਸਫਦਰ ਤੁਸੀਂ ਜਿਹੜਾ ਨਾ ਬੱਚੀ ਨੂੰ ਸਮਝਾਓ, ਉਹ ਤੂੰ ਨਾ ਕੀਤਾ ਕਰੇ, ਤੁਸੀਂ ਆਖਿਆ ਕਰੇ, ਹਲੇ ਤੋਂ ਲਫ਼ਜ਼ ਹੀ ਪੂਰਾ ਨਹੀਂ ਆਖ ਸਕਦੀ, ਉਹਨੂੰ ਤੁਸੀਂ ਜਾਂ ਆਪ ਅਸੀਂ ਕੀ ਸਿਖਾਉਣਾ? ਬਾਕੀ ਸਾਡੀ ਲੈਂਗੁਏਜ ਪੰਜਾਬੀ ਹੈ, ਘਰ ਅਸੀਂ ਪੰਜਾਬੀ ਬੋਲਣੇ ਤੇ ਪੰਜਾਬੀ ਤੇ ਉਹਨੇ ਬੋਲਣੀ ਹੀ ਬੋਲਣੀ ਆ, ਉਹ ਤੇ ਰੈਗੂਲਰ ਉਰਦੂ ਨਹੀਂ ਬੋਲ ਸਕਦੀ। ਔਰ ਦੂਸਰੇ ਨੰਬਰ ਤੇ ਬਾਕੀ ਰਹਿ ਗਿਆ ਜੇ ਤੂੰ ਵਾਲਾ ਜਾਂ ਤੁਸੀਂ ਵਾਲਾ ਲਫ਼ਜ਼, ਤੇ ਇਹ ਇਨਸ਼ਾਅੱਲਾ ਵਕਤ ਦੇ ਨਾਲ ਨਾਲ ਆਹਿਸਤਾ ਆਹਿਸਤਾ ਸਭ ਕੁਝ ਠੀਕ ਹੋ ਜਾਏਗਾ, ਜਿਸ ਤਰ੍ਹਾਂ ਕਿ ਹੁਣ ਐਜ਼ ਆ ਮਾਸ਼ਾਅੱਲਾ ਕਦੀ ਇਹਨੇ ਤੁਸੀਂ ਤੋਂ ਇਲਾਵਾ ਤੂੰ ਨਹੀਂ ਬੋਲਿਆ, ਜਾਂ ਬਿਲਾਲ ਹੈ ਉਰਦੂ 'ਚ ਗੱਲ ਕਰੇ ਤੇ ਆਪ, ਜਾਂ ਪੰਜਾਬੀ 'ਚ ਕਰੇ ਤੇ ਤੁਸੀਂ ਕਹਿੰਦਾ, ਤੇ ਇਹ ਵੀ ਮਾਸ਼ਾਅੱਲਾ ਸੈੱਟ ਹੋ ਜਾਏਗੀ, ਤੇ ਇਹਦਾ ਨਾ ਇਸ ਤਰ੍ਹਾਂ ਦਾ ਜ਼ਿਆਦਾ ਤੁਸੀਂ ਨਾ ਕੀਤਾ ਕਰੋ। ਤੇ ਬਾਕੀ ਆਹਿਸਤਾ ਆਹਿਸਤਾ ਸਮਝਾਉਂਦੇ ਹਾਂ, ਉਰਦੂ ਅਸੀਂ ਗੱਲ ਕਰਨੇ ਹਾਂ, ਉਰਦੂ ਬੋਲਣੇ ਹਾਂ ਉਹਦੇ ਨਾਲ, ਲੇਕਿਨ ਜਦੋਂ ਆਪਸ ਵਿੱਚ ਘਰ ਅਸੀਂ ਪੰਜਾਬੀ ਜਾਣ ਕੇ ਕਰਦੀ ਪਈ, ਜਦੋਂ ਅਸੀਂ ਘਰ ਵਿੱਚ ਅਸੀਂ ਪੰਜਾਬੀ ਬੋਲ ਰਹੇ ਹੋਈਏ ਨਾ, ਤੇ ਫਿਰ ਉਹ ਜਿਹੜੀ ਗੱਲ ਪਿੱਕ ਲਫ਼ਜ਼ ਕਰ ਰਹੀ ਹੁੰਦੀ ਹੈ, ਤੇ ਫਿਰ ਉਹ ਗੱਲਾਂ ਵੀ ਪੰਜਾਬੀ 'ਚ ਜ਼ਿਆਦਾ ਕਰਦੀ ਪਈ ਹੁੰਦੀ। ਓਕੇ ਹੋ ਗਿਆ, ਆਪ ਠੀਕ ਹੋ? ਆਪ ਕਿਸਕੇ ਬੇਟੇ ਹੋ? ਅੱਛਾ, ਆਪ ਲੈ ਲੈਣਾ ਹਵਾ, ਆਪ ਬਤਾਓ ਆਪ ਬੇਟੇ ਕਿਸਕੇ ਹੋਪਾ ਕਾ? ਪਾਪਾ ਕਾ ਬੇਟਾ ਹੈ, ਲੇਕਿਨ ਆਲੂ ਨਹੀਂ ਦੇਣਾ। ਇੱਧਰ ਚੈੱਕ ਕਰੋ ਜੀ, ਆਲੂ ਕਿੰਨੇ ਸ਼ੌਕ ਨਾਲ ਵੀ ਖਾਂਦੀ, ਬੋਟੀ ਖਾ ਲਾ ਬੋਟੀ। ਚਲੋ ਜੀ, ਬੇਟਾ ਮੈਂ ਗਿੱਲੀ ਵਾਲੀ ਬਣਾਈ ਹੈ, ਚੈੱਕ ਕਰੇ। ਕੌਣ ਸੀ ਵਾਲੀ ਲੈਣੀ ਆਪਨੇ ਰੋਟੀ? ਜੋ ਵਾਲੀ ਜੋ ਵਾਲੀ, ਇਹ ਦੇਖੋ, ਇਹ ਦੇਖੋ, ਇਹ ਦੂਸਰੀ ਹੈ ਨਾ, ਇਹ ਘੀ ਵਾਲੀ ਹੈ। ਜੋ ਵਾਲੀ ਰੋਟੀ, ਚਲੋ ਜੀ, ਅਸੀਂ ਇਹਨੂੰ ਜੋ ਵਾਲੀ ਰੋਟੀ ਜਿਹੜੀ ਇਹਨਾਂ ਬਣਾ ਕੇ ਦਿੰਦੇ ਹਾਂ, ਅਤੇ ਰੋਟੀ ਵੀ ਖਾਂਦੇ ਹਾਂ, ਔਰ ਅਗਰ ਤੁਸੀਂ ਵੀ ਖਾਂਦੇ ਹੋ ਉਹਨਾਂ ਤੋਂ ਸੋ ਬਿਸਮਿਲ੍ਲਾ, ਉਹ ਮਿਲ ਕੇ ਖਾਂਦੇ ਜੀ। ਅੱਜ ਅਸੀਂ ਖਾ ਰਹੇ ਆਲੂ, ਗੋਸ਼ਤ ਪੱਕਿਆ ਹੋਇਆ ਫਰਿੱਜ ਦੇ ਵਿੱਚ ਪਿਆ ਹੈ,
ਇਹ ਨਹੀਂ ਕਹਿਣਾ ਕਿ ਗੋਸ਼ਤ ਪੱਕਿਆ ਨਹੀਂ ਹੈ, ਪਕਾਉਣ ਤੋਂ ਅਸੀਂ ਕੀਤਾ, ਗੋਸ਼ਤ ਪੱਕਾ ਹੋਇਆ ਫਰਿੱਜ ਦੇ ਵਿੱਚ ਪਿਆ ਹੋਇਆ, ਲੇਕਿਨ ਅਸੀਂ ਉਹ ਨਹੀਂ ਕਰਦਾ, ਅਸੀਂ ਸੁਬਹ ਨਾਸ਼ਤਾ ਕਰ ਲਾਂਗੇ, ਹੁਣ ਜਿਹੜਾ ਨਾ ਆਲੂ ਕਰਨੇ ਆਪਾਂ। ਅੱਛਾ ਬੇਟੇ ਰੋਟੀ ਪਕਾ ਦਿੱਤੇ ਆਪਕੋ ਘੀ ਵਾਲੀ? ਓਕੇ ਓਕੇ, ਅਲਹਮਦੁਲਿਲਾ ਜੀ, ਖਾਣਾ ਸ਼ਾਣਾ ਖਾ ਕੇ ਨਾ ਵਿਹਲੇ ਹੋ ਗਏ ਹਾਂ। ਔਰ ਚੈੱਕ ਕਰੋ ਬੱਚੇ ਕਿਸ ਤਰ੍ਹਾਂ ਸ਼ੌਕ ਨਾਲ ਆਲੂ ਖਾਧੇ ਜਾਂਦੇ। ਤੁਹਾਡੇ ਕੋਲ ਵੀ ਲੈਣੇ ਜੀ, ਜਲਦ ਵਲੌਗ ਇੱਥੇ ਖਤਮ ਕਰਨਾ ਹੈ, ਸੁਬਹ ਮਿਲਾਂਗੇ ਇਨਸ਼ਾਅੱਲਾ ਇੱਕ ਅੱਛੀ ਜੀ ਪਿਆਰੀ ਜੀ ਔਰ ਯੂਨੀਕ ਜੀ ਵੀਡੀਓ 'ਚ ਦੁਬਾਰਾ। ਸਫਦਰ ਹੁਸੈਨ ਵੱਲੋਂ ਦੀ ਪੂਰੀ ਫੈਮਿਲੀ ਨੂੰ ਦੋ ਯਾਦ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਪੰਡਾ ਬਨ ਬਨ ਪਿਆਰ, ਅੱਲਾ ਹਾਫਿਜ਼।